ਮਨਮੁਖ ਬੋਲੇ ਅੰਦੋਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਜਨੀ ਸ਼ਬਦ ਨਾ ਕਰੇ ਪ੍ਰਗਾਸ਼ ਉਹਨਾ ਆਪਣੀ ਅੰਦਰ ਸੋਧ ਨਹੀਂ ਗੁਰਬਚਨ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵੋ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਤਿ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾਕਾ ਦਾਸ ਹਰ ਗਿਆਨੀਆਂ ਕੀ ਰੱਖਦਾ ਹਾਉ ਸਾਧ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾ ਕਾ ਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ 12 ਤ ਵਦੀਕ ਬਾਣੀ ਦੀ ਚੱਲ ਰਹੀ ਲੜੀ ਵਾਰ ਵਿਚਾਰ ਇਸ ਲੜੀ ਦੇ ਤਹਿਤ ਅੱਜ ਆਪਾਂ ਗੁਰੂ ਅਮਰਦਾਸ ਜੀ ਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 21 ਨੰਬਰ ਸ਼ਲੋਕ ਜਿਸ ਦਾ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1415 ਦੇ ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਗੁਰਮੁਖ ਅਤੇ ਮਨਮੁਖ ਦੀ ਪ੍ਰਭਾਸ਼ਾ ਬਹੁਤ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤੀ ਹੈ ਗੁਰਮੁਖ ਕੌਣ ਹੈ ਮਨਮੁਖ ਕੌਣ ਹੈ ਜਨਮ ਤੋਂ ਨਾ ਕੋਈ ਗੁਰਮੁਖ ਹੈ ਜਨਮ ਤੋਂ ਨਾ ਕੋਈ ਮਨਮੁਖ ਹੈ ਉਹ ਜਿੱਦਾਂ ਦੇ ਸੰਸਕਾਰ ਇਕੱਠੇ ਕਰਦਾ ਹੈ ਜਿੱਦਾਂ ਦੇ ਉਹਦੇ ਵਿਚਾਰ ਹੁੰਦੇ ਨੇ ਵਿਚਾਰਾਂ ਦੇ ਆਧਾਰਿਤ ਹੀ ਉਸ ਦਾ ਨਾਮ ਸਮਾਜ ਦੇ ਸਾਹਮਣੇ ਪ੍ਰਗਟ ਹੁੰਦਾ ਹੈ ਜਿਵੇਂ ਬਾਣੀ ਦਾ ਵਾਕ ਹੈ ਜੋ ਧਰਮ ਕਮਾਵੇ ਤਿਸ ਧਰਮ ਨਾਲ ਹੋਵੇ ਪਾਪ ਕਮਾਣੇ ਪਾਪੀ ਜਾਣੀ ਸਤਗੁਰ ਜੀ ਇਸ ਸ਼ਲੋਕ ਵਿੱਚ ਫਰਮਾਉਂਦੇ ਨੇ ਮਨਮੁਖ ਬੋਲੇ ਅੰਧਲੇ ਹੁਣ ਇੱਥੇ ਬੋਲਾ ਤੇ ਅੰਨਾ ਸ਼ਬਦ ਵਰਤੇ ਬੋਲਾ ਕੌਣ ਹੁੰਦਾ ਹੈ ਜਿਹਨੂੰ ਸੁਣਦਾ ਨਾ ਹੋਵੇ ਅੰਨਾ ਕੌਣ ਹੁੰਦਾ ਹੈ ਜਿਹਨੂੰ ਦਿਸਦਾ ਨਾ ਹੋਵੇ ਕਿਉਂਕਿ ਜਿਹੜੇ ਆਪਾਂ ਪਹਿਲੇ ਸ਼ਲੋਕ 20 ਨੰਬਰ ਤੇ 19 ਨੰਬਰ ਇਹ ਦੋ ਸਲੋਕ ਪਹਿਲੇ ਵਿਚਾਰੇ ਨੇ ਉਹਨਾਂ ਵਿੱਚ ਵੀ ਮਨਮੁਖ ਦੀ ਗੱਲ ਹੀ ਚੱਲ ਰਹੀ ਹੈ ਸਤਿਗੁਰ ਜੀ ਨੇ ਮਨਮੁਖ ਸ਼ਬਦ ਉੱਤੇ ਇਹ ਵਾਕ-ਵਾਕ ਸਲੋਕ ਦਰਜ ਕਰਕੇ ਸਾਨੂੰ ਉਪਦੇਸ਼ ਦਿੱਤਾ ਹੈ ਵੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੌਣ ਹੈ ਮਨ ਨੂੰ ਮੁਖ ਰੱਖ ਕੇ ਜ਼ਿੰਦਗੀ ਜੂਣ ਵਾਲੇ ਮਨੁੱਖ ਦੀ ਜ਼ਿੰਦਗੀ ਦੀ ਜੀਵਨ ਸ਼ੈਲੀ कैसी ਹੁੰਦੀ ਹੈ ਉਹ ਇਹਨਾਂ ਸ਼ਲੋਕਾਂ ਵਿੱਚ ਬਾਖੂਬੀ ਬਹੁਤ ਸੋਹਣੇ ਤਰੀਕੇ ਨਾਲ ਸਤਿਗੁਰ ਜੀ ਨੇ ਬਿਆਨ ਕੀਤੀ ਹੈ। ਹਜ਼ੂਰ ਫਰਮਾਉਂਦੇ ਨੇ ਮਨਮੁਖ ਭਾਵ ਮਨ ਨੂੰ ਮੁਖ ਰੱਖ ਕੇ ਜ਼ਿੰਦਗੀ ਜਿਉਣ ਵਾਲੇ ਕੌਣ ਨੇ ਬੋਲੇ ਨੇ। ਹੁਣ ਉਹਨਾਂ ਦਾ ਅਰਥ ਨਹੀਂ ਵੀ ਉਹਨਾਂ ਨੂੰ ਦੁਨਿਆਵੀ ਗੱਲਾਂ ਨਹੀਂ ਸੁਣਦੀਆਂ ਇਸ ਪੱਖੋਂ ਬੋਲੇ ਅੰਦੁਲੇ। ਪਰ ਇਹਦਾ ਅਰਥ ਵੀ ਨਹੀਂ ਵੀ ਉਹਨਾਂ ਨੂੰ ਦੁਨਿਆਵੀ ਤੌਰ ਤੇ ਦਿਸਦਾ ਨਹੀਂ। ਇਹਦਾ ਮੀਨਿੰਗ ਹੈ ਵੀ ਉਹ ਗੁਰੂ ਦੀ ਚੰਗੀ ਵਿਚਾਰ ਸੁਣਨ ਵਾਲੇ ਬਣਿਓ ਬੋਲੇ ਨੇ। ਪਾਪ ਗੁਰੂ ਦੀ ਵਿਚਾਰ ਕਦੀ ਸੁਣੀ ਨਹੀਂ ਜਿਹਨੇ ਸੁਣੀ ਨਹੀਂ ਉਹ ਤਾਂ ਗੁਰੂ ਦੀ ਵਿਚਾਰ ਵੱਲੋਂ ਬੋਲਾ ਹੈ ਨਾ ਜਿਵੇਂ ਉਦਮ ਦੀ ਆਪਾਂ ਜਿਹਨੂੰ ਗੱਲ ਕਰਦੇ ਆ ਬੁਰੇ ਕੰਮ ਕੋ ਉਠ ਖਲੋਇਆ ਹੁਣ ਬੁਰੇ ਕੰਮ ਲਈ ਤਾਂ ਉਦਮ ਹੈ ਪਰ ਨਾਮ ਕੀ ਵੇਲਾ ਪੈ ਪੈ ਸੋਇਆ ਜਦੋਂ ਚੰਗੇ ਕੰਮ ਦੀ ਗੱਲ ਆਉਂਦੀ ਹੈ ਤੇ ਉਦੋਂ ਆਲਸ ਹੈ ਬੁਰੇ ਕੰਮ ਵਾਸਤੇ ਉਹਦੇ ਵਿੱਚ ਫੁੱਲ એનર્ਜੀ ਹੈ ਇਦਾਂ ਹੀ ਇੱਥੇ ਗੱਲ ਹੈ ਐਸੇ ਨਹੀਂ ਵੀ ਉਹਨਾਂ ਨੂੰ ਦੁਨਿਆਵੀ ਗੱਲਾਂ ਨਹੀਂ ਸੁਣਦੀਆਂ ਸੁਣਦੀਆਂ ਨੇ ਨੇਵੀ ਗੱਲਾਂ ਤੇ ਸੁਣਦੀਆਂ ਨੇ ਕੰਨ ਕੰਮ ਕਰਦੇ ਨੇ ਪਰ ਗੁਰੂ ਦੀ ਗੱਲ ਵਾਲੇ ਬੰਦੇ ਉਹ ਬੋਲੇ ਨੇ ਅੱਜ ਤੁਸੀਂ ਵੇਖੋ ਬਾਣੀ ਦਾ ਪਾਠ ਹੋ ਰਿਹਾ ਹੋਵੇ ਤੇ ਬੰਦੇ ਦਾ ਸੁਣਨ ਨੂੰ ਜੀਦੀ ਕਰਦਾ ਜਿਹੜਾ ਸੁਣਨ ਨੂੰ ਜੀ ਨਹੀਂ ਕਰਦਾ ਸੁਣ ਲੋ ਬੋਲਾ ਹੋਰ ਕਿਤੇ ਮਨਮੁਖ ਦੇ ਸਿਰ ਦੇ ਉੱਤੇ ਸਿੰਘ ਥੋੜਾ ਉੱਗੇ ਨੇ ਵੀ ਇਦਾਂ ਪਛਾਣ ਕੀਤੀ ਜਾਣੀ ਉਹਦੀ ਉਹ ਤੇ ਲੱਛਣਾਂ ਤੋਂ ਪਛਾਣੇ ਜਾਣੇ ਨੇ ਜਿੱਦਾਂ ਤੇ ਉਹਦੇ ਲੱਛਣ ਨੇ ਲੱਛਣ ਵੇਖ ਲੋ ਤੇ ਉਹ ਤੋਂ ਪਤਾ ਲੱਗ ਜਾਂਦਾ ਹੁਣ ਇੱਥੇ ਸ਼ਬਦ ਵਰਤੇ ਆ ਮਨਮੁਖ ਬੋਲੇ ਅੰਦਲੇ ਮੰਦੇ ਪਿੱਛੇ ਤੁਰਨ ਵਾਲੇ ਬੋਲੇ ਵੀ ਨੇ ਬੋਲੇ ਕਿਉਂ ਨੇ ਕਿਉਂਕਿ ਉਹ ਗੁਰੂ ਦੀ ਗੱਲ ਸੁਣਦੇ ਨਹੀਂ ਤੇ ਅੰਦਲੇ ਕਿਉਂ ਨੇ ਉਹਨਾਂ ਨੂੰ ਗੁਰੂ ਦੀ ਵਿਚਾਰ ਮੁਤਾਬਕ ਸਾਰਿਆਂ ਵਿੱਚ ਨਿਰੰਕਾਰ ਤਿਸਤ ਦਾ ਨਿੱਜ ਦਿਸਦਾ ਹੋਵੇ ਤੇ ਧੱਕਾ ਕਿਉਂ ਕਰਨ ਜ਼ੁਲਮ ਕਿਉਂ ਕਮਾਉਣ ਜੀਵਨਾ ਨੂੰ ਸਾਮੇ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਦੀ ਵਿਚਾਰ ਦਾ ਪਤਾ ਹੋਵੇ ਤੇ ਠੱਗੀਆਂ ਕਿਉਂ ਮਾਰਨ ਕਿਸਾਂ ਨੁਕਸਾਨ ਕਿਉਂ ਕਰਨ ਉਹਨੇ ਤੇ ਸ਼ਬਦ ਵਰਤੇ ਆ ਮਨਮੁਖ ਬੋਲੇ ਅੰਦਲੇ ਮਹਾਰਾਜ ਇਹ ਅੰਨੇ ਕਿਉਂ ਨੇ ਕਹਤੇ ਤਿਸਮੇ ਅਗਨੀ ਦਾ ਵਾਸ ਕਿਉਂਕਿ ਉਹਨਾਂ ਦੇ ਅੰਦਰ ਅਗਨੀ ਦਾ ਵਾਸ ਹੈ ਹੁਣ ਕਿਹੜੀ ਅੱਗ ਦੀ ਗੱਲ ਹੋ ਰਹੀ ਹੈ ਇੱਥੇ ਤ੍ਰਿਸ਼ਨਾ ਦੀ ਅੱਗ ਜਿਹੜੀ ਸੜ-ਸੜ ਕੇ ਸੁਆਹ ਕਰੀ ਜਾਂਦੀ ਹੈ ਤ੍ਰਿਸ਼ਨਾ ਦੀ ਇੱਕ ਐਸੀ ਅੱਗ ਹੈ ਜਿਹੜੀ ਬੁਝਦੀ ਨਹੀਂ ਉਸ ਅੱਗ ਨੇ ਗੁਰੂ ਦੇ ਉਪਦੇਸ਼ ਵੱਲੋਂ ਇਹਨਾਂ ਨੂੰ ਬੋਲੇ ਵੀ ਕਰ ਦਿੱਤਾ ਗੁਰੂ ਦੀ ਵਿਚਾਰ ਵਾਲੇ ਬੰਨੇ ਉਹ ਅੰਨੇ ਵੀ ਕਰ ਦਤਾ ਤਾਂ ਹੀ ਗੁਰੂ ਰਾਮਦਾਸ ਜੀ ਦਾ ਵਾਕ ਪੜਦੇ ਹਮ ਅੰਦਲੇ ਅੰਦ ਬਿਖੇ ਬੇਖਰਾਤੇ ਕਿਉ ਚੱਲੈ ਗੁਰ ਚਾਲੀ ਅਸੀਂ ਗੁਰੂ ਦੀ ਚਾਲ ਦੇ ਨਾਲ ਚੜੜਾ ਕੇ ਕਿਦਾਂ ਤੁਰੀ ਅਸੀਂ ਤੇ ਅੰਨੇ ਆ ਬਿਖੇ ਬਿਖਰਾਤੇ ਨਾਮ ਨਾ ਸੁਣੀ ਹੁਣ ਵਰਮੀ ਮਾਰੀ ਸਾਪ ਨਾ ਮਰੇ ਨਾਮ ਨਾ ਸੁਣੀ ਡੋਰਾ ਪਾ ਨਾ ਵਾਲੇ ਬੰਨੇ ਉਹ ਭੋਲਾ ਡੋਰਾ ਗੋਬਿੰਦ ਭਜਨ ਕੀ ਮਤ ਹੈ ਹੋਰਾ ਗੁਰੂ ਦੇ ਸ਼ਬਦ ਨੂੰ ਸਮਝਣ ਵਾਲੀ ਮਤ ਹੋਰ ਹੈ ਉਸ ਮਤ ਵਿੱਚ ਵਿਖਾਵਾ ਨਹੀਂ ਇਸ ਮਤ ਵਿੱਚ ਵਿਖਾਵਾ ਹੈ ਹੁਣ ਇੱਥੇ ਮਹਾਰਾਜ ਕਹਿੰਦੇ ਨੇ ਮਨਮੁਖ ਅੰਦੁਲੇ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕੁਝ ਸ਼ਬਦਾਂ ਦੀ ਡੈਫੀਨੇਸ਼ਨ ਆਪਣੀ ਹੈ ਜਿਵੇਂ ਅੰਨੇ ਦੀ ਗੱਲ ਆਪਾਂ ਇੱਥੇ ਕੀਤੀ ਇੱਥੇ ਅੰਨਾ ਕੌਣ ਹੈ ਜਿਹੜਾ ਖਸਮ ਤੋਂ ਸਖਣਾ ਹੈ ਅੰਦੇ ਨਾਖੀਏ ਜਨਮੁਖ ਲੋਏ ਨਾਹੀਂ ਅੰਦੇ ਸਈ ਨਾਨਕਾ ਖਸਮੋਂ ਕੋ ਉੱਥੇ ਜਾਏ ਮਨਮੁਖ ਬੋਲੇ ਆੰਦਲੇ ਤੇ ਸਮੇ ਅਗਨੀ ਦਾ ਵਾਸ ਉਹਨਾਂ ਦੇ ਅੰਦਰ ਅਗਨੀ ਦਾ ਵਾਸ ਹੈ 24 ਘੰਟੇ ਤ੍ਰਿਸ਼ਨਾ ਦੀ ਆਗ ਲੱਟ ਲੱਟ ਕਰਕੇ ਵੱਢਦੀ ਰਹਿੰਦੀ ਹੈ ਬਾਣੀ ਸੁਰਤ ਨਾ 부ਜਨੀ ਉਹਨਾਂ ਦੀ ਸੁਰਤ ਬਾਣੀ ਵਿੱਚ ਨਹੀਂ ਜੁੜਦੀ ਗੁਰੂ ਦੇ ਉਪਦੇਸ਼ ਵਿੱਚ ਜੁੜ ਹੁਣ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੇਗੀ ਤੇ ਆਗ 부ਜੇਗੀ ਨਾ ਪਾਣੀ ਪਵੇਗਾ ਤੇ ਆਗ 부ਜੇਗੀ ਉਧਰ ਜਾਣਾ ਨਹੀਂ ਸ਼ਬਦ ਨਾ ਕਰੇ ਪ੍ਰਕਾਸ਼ ਤੇ ਗੁਰੂ ਦੇ ਸ਼ਬਦਾਂ ਅੰਦਰ ਪ੍ਰਕਾਸ਼ ਐ ਨਹੀਂ ਹਨੇਰੇ 'ਚ ਠੋਕਰਾ ਖਾਂਦੇ ਫਿਰ ਹੁਣ ਗੁਰੂ ਦਾ ਸ਼ਬਦ ਆਏਗਾ ਗੁਰੂ ਦੀ ਸਿੱਖਿਆ ਕੋਲ ਹੋਏਗੀ ਤੇ ਉਹਨੂੰ ਚੰਗੇ ਮਾੜੇ ਦੀ ਪਹਿਚਾਣ ਹੋਏਗੀ ਅੰਦਰ ਦੀ ਅਗ ਬੁਝੇਗੀ ਫਿਰ ਉਹ ਇਹ ਬહેરાਪਨ ਬੋਲਾਪਨ ਦੂਰ ਹੋਏਗਾ ਜਿਹੜੀਆਂ ਅੱਖਾਂ ਗਾੜੀ ਤੁੰਦ ਜੰਮੀ ਹੋਈ ਐ ਉਹ ਦੂਰ ਹੋਏਗੀ ਤਾਂ ਗੁਰੂ ਸਾਹਿਬ ਜੀ ਨੇ ਇਥੇ ਬਾਕਮਾਲ ਵਿਚਾਰ ਦਿੱਤੀ ਹੈ ਕਹਿੰਦੇ ਫਿਰ ਕਮਾਲ ਦੀ ਗੱਲ ਵੇਖੋ ਉਹਨਾਂ ਉਹਨਾਂ ਆਪਣੀ ਅੰਦਰ ਸੁੱਧ ਨਹੀਂ ਉਹਨਾਂ ਨੂੰ ਆਪਣੇ ਅੰਦਰ ਦੀ ਸੁੱਧ ਨਹੀਂ ਹੈਗੀ ਸੁੱਧ ਸਮਝੇ ਸੂਝ ਆਪਣੇ ਅੰਦਰ ਦੀ ਤੇ ਸੁੱਧ ਹੈ ਨਹੀਂ ਸੂਝ ਹੈ ਨਹੀਂ ਐਦਾਂ ਕਹਿਣਗੇ ਮੈਨੂੰ ਉਹਦੇ ਬਾਰੇ ਵੀ ਪਤਾ ਤੇ ਮੈਨੂੰ ਉਹਦੇ ਬਾਰੇ ਵੀ ਪਤਾ ਹੈ ਸਭ ਤੋਂ ਪਹਿਲਾਂ ਬੰਦੇ ਨੂੰ ਆਪਣੇ ਆਪ ਬਾਰੇ ਪਤਾ ਹੋਣਾ ਚਾਹੀਦਾ ਤੂੰ ਕੀ ਹੈ ਜਿਹਨੂੰ ਬਾਣੀ ਸਵੇ ਪਰਚੋਲ ਕਹਿੰਦੀ ਹੈ ਜਿਹਨੂੰ ਬਾਣੀ ਕਹਿੰਦੀ ਆਪਣੇ ਆਪ ਦੀ ਖੋਜ ਕਰ ਇਹੋ ਪਰਮੇਸ਼ਰ ਨੂੰ ਪਾਉਣਾ ਹੈ ਜਿਹੜੇ ਵੀ ਉੱਚੇ ਮਕਾਮ ਤੇ ਪਹੁੰਚਿਆ ਨਾ ਉਹਨਾਂ ਨੇ ਆਪਣੇ ਆਪ ਨੂੰ ਖੋਜਿਆ ਆਪਣੇ ਆਪ ਨਾਲ جنگ ਕੀਤੀ ਆਪਣੇ ਆਪ ਦੇ ਵਿੱਚੋਂ ਪ੍ਰਗਟ ਕੀਤਾ ਸਭ ਕੁਝ ਬੰਦੇ ਦੇ ਅੰਦਰ ਹੀ ਸਭ ਕੁਝ ੁੱਪਿਆ ਪਿਆ ਹੈ ਇੰਜੀਨੀਅਰ ਵੀ ਬੰਦੇ ਦੇ ਅੰਦਰ ਹੈ ਡਾਕਟਰ ਵੀ ਬੰਦੇ ਦੇ ਅੰਦਰ ਹੈ ਐਡਵੋਕੇਟਰੀ ਬੰਦੇ ਦੇ ਅੰਦਰ ਹੈ ਜੱਜ ਵੀ ਆਪ ਬੰਦੇ ਦੇ ਅੰਦਰ ਹੈ ਬੜੇ ਬੜੇ ਚੀਜ਼ਾਂ ਅੰਦਰ ਛੁਪੀਆਂ ਪਈਆਂ ਨੇ ਨਾ ਭਗਤ ਵੀ ਅੰਦਰ ਹੈ ਤੇ ਪਾਪੀ ਵੀ ਅੰਦਰ ਹੀ ਕੀ ਕੱਢਣਾ ਹੈ ਬੰਦਿਆ ਤੇਰੀ ਮਰਜ਼ੀ ਹੈ ਸ਼ੈਤਾਨ ਵੀ ਅੰਦਰ ਹੈ ਭਗਵਾਨ ਵੀ ਅੰਦਰ ਹੈ ਜਦੋਂ ਵੀ ਪਰਮੇਸ਼ਰ ਨੂੰ ਪਾਉਣ ਦੀ ਗੱਲ ਬਾਣੀ ਚਾਹੀਦੀ ਹੋ ਜਨ ਨਾਨਕ ਬਿਨ ਆਪਾ ਜੀ ਨੇ ਮਿਟੇਨਾ ਪਰਮ ਕੀ ਕਾਈ ਇਥੇ ਕੀ ਆਖਿਆ ਉਹਨਾਂ ਕਹਿੰਨਾ ਉਹਨਾਂ ਮਨਮੁਖ ਉੱਤੇ ਗੱਲ ਚੱਲ ਰਹੀ ਹੈ ਨਾ ਉਹਨਾਂ ਉਹਨਾਂ ਆਪਣੀ ਅੰਦਰ ਸ਼ੁੱਧ ਨਹੀਂ ਇਹਨੂੰ ਸ਼ੁੱਧ ਨਹੀਂ ਪੜਨਾ ਜੇ ਸੱਸੀ ਪੈਰਵੰਦੀ ਸਾਹ ਬੋਲੇ ਫਿਰ ਸ਼ੁੱਧ ਬਣ ਜਾਊਗਾ ਜਿਵੇਂ ਆਪਾ ਕਹਿੰਦੇ ਆਪ ਸ਼ੁੱਧ ਚੀਜ਼ ਹੈ ਇਥੇ ਸ਼ੁੱਧ ਹੈ ਸਸੇ ਦੇ ਪੈਰ 'ਚ ਬਿੰਦੀ ਨਹੀਂ ਲਾਉਣੀ ਸੁਧ ਸੁਧ ਮੀਨ ਸੂਝ ਤੈਨੂੰ ਸੁਧ ਨਹੀਂ ਹੈਗੀ ਤਾਂ ਸ਼ੁੱਧ ਸ਼ੁੱਧ ਕਿਉਂ ਪਿਓਰ ਕਿਉਂ ਬਸ ਇੱਕ ਬਿੰਦੀ ਦਾ ਫਰਕ ਹੈ ਹੁਣ ਇਹ ਤੇ ਸ਼ਬਦ ਹੈ ਉਹਨਾ ਆਪਣੀ ਅੰਦਰ ਸੁਧ ਨਹੀਂ ਹੁਣ ਜਦੋਂ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਹੈ ਉਹ ਬੋਲੇ ਨੇ ਅੰਨੇ ਨੇ ਆਪਣੇ ਅੰਦਰ ਦੀ ਸੁਧ ਦੇ ਨਹੀਂ ਗੁਰਬਚਨ ਨਾ ਕਰੇ ਵਿਸਾਸ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕਿੱਥੋਂ ਆਊਗਾ ਆ ਆ ਹੈ ਵਿਸ਼ਵਾਸ ਦੀ ਡੈਫੀਨੇਸ਼ਨ ਆ ਭਰੋਸੇ ਦੀ ਡੈਫੀਨੇਸ਼ਨ ਜਿਹੜੇ ਕਹਿੰਦੇ ਨੇ ਭਰੋਸਾ ਸ਼ਰਧਾ ਮੇਰੀ ਫਲਾਣਾ ਸ਼ਰਧਾ ਲੱਗੀ ਹੈ ਫਲਾਣਾ ਸ਼ਰਧਾ ਦਾ ਆ ਜਿਹੜੀਆਂ ਮਠੀਆਂ ਤੇ ਦੀਵੇ ਜਗਾਉਣੇ ਆ ਦੇਹ ਧਾਰੀਆਂ ਦੇ ਗਾੜੀ ਮੱਥੇ ਟੇਕਣੇ ਆ ਇਹ ਸ਼ਰਧਾ ਨਹੀਂ ਹੈ ਇਹ ਅੰਧ ਵਿਸ਼ਵਾਸ ਹੈ ਸ਼ਰਧਾ ਦੀ ਡੈਫੀਨੇਸ਼ਨ ਬਾਣੀ ਚ ਕਲੀਅਰ ਕੀਤੀ ਹੈ ਜਿਸਨ ਸ਼ਰਧਾ RAM ਨਾਮ ਲੱਗੀ ਤੈਨ ਦੂਜੇ ਚੇਤ ਨਾ ਲਾਇਆ ਰਹਿ ਜੇ ਧਰਤੀ ਸਭ ਕੰਚਨ ਕਰਦੀ ਜੈ ਬਿਲ ਨਾਵੇਂ ਵਰ ਨਾ ਪਾਇਆ ਰਹਾ ਉਨੇ ਤੇ ਸ਼ਬਦ ਵਰਤੇ ਆ ਉਹਨਾ ਆਪਣੇ ਅੰਦਰ ਸੁੱਧ ਨਹੀਂ ਉਹਨਾ ਦੇ ਆਪਣੇ ਅੰਦਰ ਸੂਝ ਹੈ ਨਹੀਂ ਉਹਨਾਂ ਨੂੰ ਆਪਣੇ ਆਪ ਦੀ ਸੂਝ ਹੈ ਨਹੀਂ ਵੀ ਮੇਰੇ ਅੰਦਰ ਕੀ ਸ਼ਬਿਆ ਮਨ ਮੇਰਾ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਪਾੜ ਮੇਰੇ ਮਨਾ ਤੇਰੇ ਅੰਦਰ ਬੜੇ ਵੱਡੇ ਖਜ਼ਾਨੇ ਆ ਤੂੰ ਬਾਹਰ ਲੱਭਦਾ ਫਿਰਦਾ ਮਨਰੇ ਥੇਰ ਰਹੋ ਮਤ ਕਤ ਜਾਹੀ ਜੀਓ ਬਾਰ ਢੁੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟਮਾਹੀ ਜੀ ਘਟਮਾਹੀ ਘਟ ਮਿਨ ਹਿਰਦਾ ਹਿਰਦੇ ਵਿੱਚ ਉਹਨਾਂ ਆਪਣੇ ਅੰਦਰ ਸੁੱਧ ਨਹੀਂ ਗੁਰਬਚਨ ਨਾ ਕਰੇ ਵਿਸਾਸ ਉਹਨਾਂ ਨੂੰ ਗੁਰੂ ਦੇ ਬਚਨਾਂ ਉਤੇ ਵਿਸ਼ਵਾਸ ਹੀ ਨਹੀਂ ਤੇ ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਹੈ ਬਹੁਤ ਵੱਡੀ ਚੀਜ਼ ਹੁੰਦੀ ਹੈ ਵਿਸ਼ਵਾਸ ਹੀ ਹੈ ਨਾ ਤੁਹਾਨੂੰ ਕਿੰਨੇ ਪਲੇਨ ਜਿਹੜੇ ਨੇ ਉਹ ਡਿੱਗ ਚੁੱਕੇ ਨੇ ਪਿਛੇ ਮਲੇਸ਼ੀਆ 에어ਲਾਈਨ ਦਾ ਰੌਲਾ ਪਿਆ ਸੀ ਨਾ ਕਈ ਲੋਕ ਉਫ ਉਹ 에어ਲਾਈਨ ਲੈਣਾ ਹੀ ਛੱਡ ਚੁੱਕੇ ਸੀ ਪਰ ਕੀ ਅੱਜ ਲੋਕ ਮਲੇਸ਼ੀਆ 에어ਲਾਈਨ ਤੇ ਸਫ਼ਰ ਨਹੀਂ ਕਰਦੇ ਕਿੰਨੀਆਂ ਗੱਡੀਆਂ ਦੇ ਐਕਸੀਡੈਂਟ ਹੁੰਦੇ ਨੇ ਕਿ ਉਸ ਤੋਂ ਬਾਅਦ ਅਸੀਂ ਗੱਡੀ ਵੀ ਸਫ਼ਰ ਨਹੀਂ ਕਰਦੇ ਕਰਦੇ ਆ ਭਰੋਸਾ ਅਸੀਂ ਟਿਕਟ ਲੈ ਕੇ ਬੱਸ ਵਿੱਚ ਬੈਠਦੇ ਆ ਬੱਸ ਦੇ ਡਰਾਈਵਰ ਤੇ ਭਰੋਸਾ ਹੈ ਅਸੀਂ ਟੀਟ ਲੈ ਕੇ ਪਲੇਨ 'ਚ ਬੈਠਦੇ ਆ ਸਾਨੂੰ ਪਾਇਲਟ ਤੇ ਭਰੋਸਾ ਹੈ ਭਾਵੇਂ ਕਿਸਾਨੂੰ ਪਲੇਨ ਵਿੱਚ ਬਹਿਣ ਤੋਂ ਪਹਿਲਾਂ ਉਹ ਕਿੰਨਾ ਕੁਝ ਦੱਸਦੇ ਆ ਪਲੇਨ 'ਚ ਬੈਠਦੇ ਆ ਸਰ ਸਾਨੂੰ ਕਿੰਨੀ ਹਦਾਇਤਾਂ ਦਿੰਦੇ ਨੇ ਪਰ ਅਸੀਂ ਫਿਰ ਵੀ ਵਿਸ਼ਵਾਸ ਕਰਦੇ ਹਾਂ ਨਹੀਂ ਪਲੇਨ ਆਪਣੀ ਜਗ੍ਹਾ ਤੇ ਪਹੁੰਚੇਗਾ ਆਪਰੇਸ਼ਨ ਥੀਏਟਰ 'ਚ ਮਰੀਜ਼ ਨੂੰ ਖੜਨ ਤੋਂ ਪਹਿਲਾਂ ਜੇ ਕੋਈ ਬਹੁਤ ਮੇਜਰ ਆਪਰੇਸ਼ਨ ਹੋਣਾ ਹੋਵੇ ਤੇ ਪਰਿਵਾਰ ਦੇ ਨਿਕਟਵਰਤੀ ਕੋਲੋਂ ਸਿਗਨੇਚਰ ਕਰਾਇਆ ਜਾਂਦੇ ਨੇ ਜੇ ਹਸਬੰਡ ਹੈ ਤੇ ਵਾਈਫ ਸਾਈਨ ਕਰਦੀ ਹੈ ਭਰਾ ਭਰਾ ਦੇ ਸਹਿਮਤ ਕਰਦਾ ਹੈ ਪੁੱਤ ਹੈ ਮਾਪੇ ਦੇ ਕੋਲੋਂ ਸਿਗਨੇਚਰ ਕਰਾ ਜਿੰਦੇ ਉਹਦਾ मीनिंग ਹੁੰਦਾ ਜੇ ਕਿਤੇ ਇਹ ਇਲਾਜ ਕਰਦੇ ਆ ਕੋਈ ਘਟਨਾ ਵਾਪਰ ਗਈ ਡਾਕਟਰ ਨੇ ਆਪਣੇ ਆਪ ਨੂੰ ਸੇਫ ਕਰ ਲਿਆ ਭਾਵੇਂ ਕੋਈ ਡਾਕਟਰ ਕੋਈ ਨਹੀਂ ਚਾਹੁੰਦਾ ਮੇਰੇ ਕੋਲ ਆਪਰੇਸ਼ਨ ਕਰਦੇ ਆ ਮਰੀਜ਼ ਦੀ ਡੈਥ ਹੋ ਗਈ ਉਸ ਵਕਤ ਪਰਿਵਾਰ ਆਪਣੇ ਹੱਥ ਵੜ ਕੇ ਡਾਕਟਰ ਨੂੰ ਦੇ ਦਿੰਦਾ ਹੈ ਭਰੋਸਾ ਹੈ ਨਾ ਵਿਸ਼ਵਾਸ ਹੈ ਨਾ ਐਵੇਂ ਨਹੀਂ ਅਸੀਂ ਅਰਦਾਸ ਵਿੱਚ ਰੋਜ਼ ਮੰਗਦੇ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਪ੍ਰੋਸਾ ਦਾ ਅਸੀਂ ਤਾਂ ਡਾਕਟਰ ਜਨਾ ਵੀ ਭਰੋਸਾ ਨਹੀਂ ਕੀਤਾ ਆਪਣੇ ਗੁਰੂ ਤੇ ਐਂ ਤਾਂ ਪਾਇਲਟ ਜਨਾ ਵੀ ਵਿਸ਼ਵਾਸ ਨਹੀਂ ਕਰ ਪਾਏ ਐਂ ਤਾਂ ਇੱਕ ਬੱਸ ਡਰਾਈਵਰ ਜਨਾ ਵੀ ਵਿਸ਼ਵਾਸ ਨਹੀਂ ਆਪਣੇ ਗੁਰੂ ਤੇ ਕੀਤਾ ਜੇ ਕੀਤਾ ਹੁੰਦਾ ਇਹਨਾਂ ਡੇਰਾਵਾਦ ਜਨਮ ਲੈਂਦਾ ਸਾਡੀ ਬੇਵਿਸ਼ਵਾਸੀ ਵਿੱਚੋਂ ਪਖੰਡ ਨੇ ਜਨਮ ਲਿਆ ਕਿਉਂ ਨਹੀਂ ਕੀਤਾ ਕਿਉਂਕਿ ਅੰਦਰ ਤ੍ਰਿਸ਼ਨਾ ਦੀ ਅਗ ਬਲਦੀ ਹੈ ਸੁਰਤ ਸ਼ਬਦ ਨਾਲ ਨਹੀਂ ਜੁੜੀ ਗੁਰੂ ਦੀ ਸਿੱਖਿਆ ਕੋਲ ਨਹੀਂ ਗੁਰੂ ਦੀ ਸਿੱਖਿਆ ਵੱਲੋਂ ਅੰਨੇ ਤੇ ਬੋਲੇ ਆ ਕਰ ਦੇ ਤਾਰੀ ਬਾਬਾ ਆਵੇ ਸਾਰਾ ਟੱਬਰ ਉੱਚੇ ਥਾਂ ਤੇ ਬਿਠਾ ਕੇ ਆਪੇ ਪੈਰਾਂ ਵਿੱਚ ਬਹਿ ਜਾਂਦਾ ਹੈ 48 ਘੰਟੇ ਭਾਈ ਸਾਹਿਬ ਗੁਰੂ ਰੰਗਸਰ ਦੀ ਬਾਣੀ ਦਾ ਪਾਠ ਕਰਦੇ ਨੇ 48 ਮਿੰਟ ਕੋਲ ਬਹਿਣਾ ਸਾਨੂੰ ਮੁਸ਼ਕਲ ਲੱਗਦਾ ਹੈ ਇਸ ਤੋਂ ਵੱਡਾ ਕੋਈ ਸਬੂਤ ਹੈ ਹੁਣ ਤੇ ਸ਼ਬਦ ਵਰਤਿਆ ਉਹਨਾਂ ਆਪਣੇ ਉਹਨਾਂ ਆਪਣੇ ਅੰਦਰ ਸੁਧ ਨਹੀਂ ਸਭ ਤੋਂ ਪਹਿਲਾਂ ਤੇ ਆਪਣੇ ਆਪ ਦੀ ਸੁਧ ਚਾਹੀਦੀ ਹੈ ਗੁਰਬਚਨ ਨਾ ਕਰੇ ਬਿਸਾਸ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਮਾਈ ਸਤ 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 ਹਰ ਸਤ ਸਤ ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੇਕ ਗਾਠੜੀ ਬੰਦਾ ਪੁੱਤਰ ਘਰੋਂ ਤੁਰ ਲੱਗੇ ਤੇ ਬਾਪ ਕਹਿੰਦਾ ਪੁੱਤ ਮੇਰੀ ਆ ਗੱਲ ਪੱਲੇ ਬੰਨ ਲਾ ਘੁੱਟ ਕੇ ਉਹ ਪੱਲੇ ਬਨਨ ਦਾ ਅਰਥ ਵੀ ਕਮੀਜ਼ ਦੇ ਪੱਲੇ ਬਨਣਾ ਧੀ ਸਹੁਰੇ ਜਾਣ ਲੱਗੇ ਤੇ ਮਾਂ ਬਾਪ ਕਹਿੰਦੇ ਨੇ ਧੀ ਨੂੰ ਮਾਂ ਕਹਿੰਦੀ ਪੁੱਤ ਆ ਗੱਲ ਮੇਰੀ ਪੱਲੇ ਬੰਨ ਲਾ ਉੱਚਾ ਨਾ ਬੋਲੀ ਪਿਆਰ ਨਾਲ ਰਹੀਂ ਇਹਦਾ ਮਤਲਬ ਕੀ ਹੁੰਦਾ ਤੂੰ ਸਾਰੇ ਕਰ ਸੁਖੀ ਵੱਸ ਸਕੇ ਹੁਣ ਇਹਦੇ ਸ਼ਬਦ ਵਰਤਿਆ ਗੁਰ ਬਚਨ ਨਾ ਕਰੇ ਬਿਸਾਸ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਤੇ ਵਿਸ਼ਵਾਸ ਤਾਂ ਹੋਏਗਾ ਜੇ ਸਾਨੂੰ ਪਹਿਲਾਂ ਉਹਦੇ ਬਾਰੇ ਪਤਾ ਹੋਏਗਾ ਤੇ ਅਸੀਂ ਗੁਰੂ ਬਾਰੇ ਤਾਂ ਪਤਾ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਵੀ ਗੁਰੂ ਸਾਹਿਬ ਦੀ ਸਿੱਖਿਆ ਕੀ ਹੈ ਬਾਣੀ ਕਿਉਂਕਿ ਉੱਤੇ ਸ਼ਬਦ ਆ ਬਾਣੀ ਸੁਰਤ ਨਾ বুঝਣੀ ਸਾਡੀ ਸੁਰਤ ਬਾਣੀ ਵਿੱਚ ਤਾਂ ਟਿਕੀ ਨਹੀਂ ਗੁਰੂ ਦੇ ਸ਼ਬਦਾਂ ਤੇ ਭਰੋਸਾ ਤਾਂ ਬੈਦਾ ਪਹਿਲਾਂ ਜਾਣ ਪਛਾਣ ਹੁੰਦੀ ਹੈ ਭਰੋਸਾ ਤੇ ਬਾਅਦ ਹੁੰਦਾ ਹੈ ਨਾ ਤੁਸੀਂ ਰਾਹ ਜਾਂਦੇ ਬੰਦੇ ਦੇ ਨੂੰ ਥੋੜਾ ਕੋਈ ਕਿਸੇ ਕੋਲੋਂ ਆਪਰੇਸ਼ਨ ਕਰਾਵੋਗੇ ਪਹਿਲਾਂ ਡਾਕਟਰ ਬਾਰੇ ਮਾੜੀ ਮੋੜ ਜਾਣ ਪਛਾਣ ਤੇ ਹੁੰਦੀ ਹੈ ਨਾ ਜਦੋਂ ਤੁਸੀਂ ਕਿਸੇ ਕੋਲੋਂ ਉਹਨੂੰ ਸਿਗਨੇਚਰ ਕਰਕੇ ਦਿੰਦੇ ਹੋ ਤੁਹਾਨੂੰ ਪਿਸ਼ਵਾਸ ਹੈ ਵੀ ਇਸ ਡਾਕਟਰ ਨੇ ਕਿੰਨੇ ਮਰੀਜ਼ਾਂ ਨੂੰ ਬਚਾਇਆ ਹੈ ਰਾਹ ਜਾਂਦਾ ਕੋਈ ਬੰਦਾ ਤੁਹਾਨੂੰ ਕਹੇ ਜੀ ਲਿਆਓ ਮੈਂ ਕਰਦਾ ਆਪਰੇਸ਼ਨ ਤੁਸੀਂ ਮੰਨ ਲੋਗੇ ਨਹੀਂ ਵਿਸ਼ਵਾਸ ਵਿਸ਼ਵਾਸ ਜਾਣਣ ਤੋਂ ਬਾਅਦ ਹੁੰਦਾ ਹੈ ਪਰ ਸਾਹ ਹੁੰਦਾ ਅਸੀਂ ਜਾਣ ਪਛਾਣ ਦੇ ਗੁਰੂ ਨਾਲ ਕੀਤੀ ਨਹੀਂ ਜਦੋਂ ਅਸੀਂ ਸਤਗੁਰ ਦੀ ਬਾਣੀ ਧਿਆਨ ਨਾਲ ਪੜ੍ਹਦੇ ਆ ਉੱਥੇ ਗੱਲ ਹੀ ਮੇਨ ਜਾਣ ਪਛਾਣ ਦੀ ਹੈ ਤਾਂ ਇੱਥੇ ਗੁਰਦੇਵ ਜੀ ਕਹਿੰਦੇ ਨੇ ਗਿਆਨੀਆਂ ਅੰਦਰ ਉੱਤੇ ਉੱਤੋਂ ਉੱਤੇ ਗੱਲ ਸੀ ਮਨਮੁਖ ਦੀ ਮਨ ਨੂੰ ਮੁਖ ਰੱਖ ਕੇ ਜ਼ਿੰਦਗੀ ਜਿਉਣ ਵਾਲੇ ਬੰਦੇ ਦੀ ਉੱਤੇ ਸਾਰੀ ਗੱਲ ਕਲੀਅਰ ਕਰ ਦੁੱਤੀ ਉਹਨੂੰ ਵਿਸ਼ਵਾਸ ਨਹੀਂ ਹੈ ਉਹਨੂੰ ਆਪਣੇ ਆਪ ਦੀ ਸੂਝ ਨਹੀਂ ਹੈ ਉਹਦੀ ਸੁਰਤ ਬਾਣੀ ਵਿੱਚ ਨਹੀਂ ਟਿੱਕੀ ਉਹ ਅੰਨਾ ਹੈ ਤੇ ਬੋਲਾ ਹੈ ਉਹਨੂੰ ਸਮਝ ਨਹੀਂ ਹੈ ਹੁਣ ਅਗਲੀ ਗੱਲ ਆ ਗਈ ਜਿਹੜਾ ਗੁਰੂ ਨੂੰ ਮੁਖ ਰੱਖ ਕੇ ਜ਼ਿੰਦਗੀ ਜਿਉਂਦਾ ਹੈ ਜਿਹੜਾ ਗਿਆਨੀ ਹੈ ਕੌਣ ਗਿਆਨੀ ਹੈ ਜਿਹਨੂੰ ਆਪਣੇ ਆਤਮ ਖਜ਼ਾਨੇ ਬਾਰੇ ਪਤਾ ਹੈ ਜਿਹਨੂੰ ਆਪੇ ਦੀ ਪਛਾਣ ਹੈ ਜਿਹਨੂੰ ਇਹ ਪਤਾ ਹੈ ਮੈਂ ਬੜਾ ਅਮੀਰ ਆ ਜਿਹਨੂੰ ਇਹ ਪਤਾ ਹੈ ਮੇਰੇ ਕੋਲ ਬੜਾ ਵੱਡਾ ਖਜ਼ਾਨਾ ਹੈ ਜਿਹਨੂੰ ਇਹ ਪਤਾ ਮੇਰੇ ਕੋਲ ਸਭ ਤੋਂ ਵੱਡੀ ਅਮੀਰੀ ਦਾ ਨਿਸ਼ਾਨ ਖਜ਼ਾਨਾ ਮੇਰੇ ਕੋਲ ਆ ਬ੍ਰੇਨ ਇਹ ਹੈ ਬੰਦੇ ਕੋਲ ਕਲਾ ਇਹ ਇਹਦੀ ਇਹਦੀ ਖੇਡ ਹੈ ਸਾਰੀ ਦਿਮਾਗ ਦੀ ਖੇਡ ਹੈ ਬ੍ਰੇਨ ਦੀ ਸਭ ਤੋਂ ਵੱਡੀ ਖੇਡ ਹੈ ਤੋਂ ਇਥੇ ਗੱਲ ਬੜੀ ਕਮਾਲ ਦੀ ਹੈ ਕਹਿੰਦੇ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਉਹਨਾਂ ਕੋਲ ਗੁਰੂ ਦਾ ਸ਼ਬਦ ਹੈ ਤੇ ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਆਪੇ ਦੀ ਸੂਝ ਕਰਾਈ ਹੈ ਉਹ ਗਿਆਨवान ਹੋ ਗਏ ਗਿਆਨ ਤੇ ਬੜਾ ਦੁਨੀਆ ਕੋਲ ਨਕਲੀ ਨੋਟ ਛਾਪਣ ਦਾ ਗਿਆਨ ਹੈ ਨਕਲੀ ਦੁੱਧ ਬਣਾਉਣ ਦਾ ਗਿਆਨ ਹੈ ਸਬਜ਼ੀਆਂ ਨੂੰ ਟੀਕੇ ਲਾ ਕੇ ਵੱਡੇ ਕਰਦਾ ਗਿਆਨ ਹੈ ਬੇਈਮਾਨੀ ਕਰਨ ਦਾ ਗਿਆਨ ਆਪੇ ਨੂੰ ਸਮਝਣ ਦਾ ਗਿਆਨ ਨਹੀਂ ਹੈ ਐਸਾ ਗਿਆਨ ਜੱਪੋ ਮਨ ਮੇਰੀ ਹੋ ਚਾਕਰ ਸੱਚ ਕਰ ਸੱਚ ਦਾ ਸੇਵਕ ਬਣਾਉਣ ਵਾਲਾ ਗਿਆਨ ਨਹੀਂ ਹੈ ਸੱਚਾ ਬਣਾਉਣ ਵਾਲਾ ਗਿਆਨ ਨਹੀਂ ਹੈ ਝੂਠਾ ਬਣਾਉਣ ਵਾਲਾ ਗਿਆਨ ਤੇ ਬਹੁਤ ਹੈ ਗਿਆਨੀਆਂ ਅੰਦਰ ਗੁਰੂ ਸ਼ਬਦ ਹੈ ਜਿਹੜੇ ਅਸਲੀ ਗਿਆਨਵਾਨ ਨੇ ਜਿਨ੍ਹਾਂ ਨੂੰ ਆਪੇ ਦੀ ਪਹਿਚਾਣ ਹੈ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਹੈ ਨਿਤ ਹਰ ਲੇਵ ਸਦਾ ਵਿਗਾਸ ਉਹਨਾਂ ਦੀ ਨਿਤ ਹਰੀਣਾ ਲੇਵ ਲੱਗੀ ਰਹਿੰਦੀ ਹੈ ਤੇ ਸਦਾ ਵਿਗਾਸ ਚ ਰਹਿੰਦੇ ਹੋ ਖੇੜੇ ਚ ਰਹਿੰਦੇ ਸਦਾ ਖੁਸ਼ ਨਾਨਕ ਭਗਤਾਂ ਸਦਾ ਵਿਗਾਸ ਅੱਜ ਇਹ ਚੀਜ਼ ਲਬਦੇ ਫਿਰਦੇ ਲੋਕ ਖੇੜਾ ਲਬਦੇ ਫਿਰਦੇ ਅੱਜ ਉਦਾਸ ਲੋਕ ਖੁਸ਼ੀ ਲਬਦੇ ਫਿਰਦੇ ਅੱਜ ਮੁਰਜਾਏ ਹੋਏ ਲੋਕ ਸਰਚ ਖੁਸ਼ੀ ਲੱਭਦੇ ਫਿਰਦੇ ਵੀ ਕਿਤੇ ਹਾਸਾ ਆ ਜਾਏ ਪਿਆਰਿਓ ਨਕਲੀ ਫੁੱਲਾਂ ਦੇ ਉੱਤੇ ਭੌਰਾ ਨਹੀਂ ਪੈਂਦਾ ਉਹ ਵੀ ਅਸਲੀ ਫੁੱਲ ਦੇ ਉੱਤੇ ਪੈਂਦਾ ਹੈ ਨਕਲੀ ਗੱਲਾਂ ਨਾਲ ਹਾਸੇ ਨਹੀਂ ਆਉਂਦੇ ਗੱਲਾਂ ਅਸਲੀ ਲੈਉਣੀਆਂ ਪੈਣੀਆਂ ਆਪਣੇ ਜੀਵਨ ਦੇ ਵਿੱਚ ਨਕਲੀ ਹਾਸਾ ਦਸ ਮਿੰਟ ਹੱਸ ਲਿਆ ਉਹ ਹਾਸਾ ਤੁਹਾਡਾ ਕਿਸੇ ਦਾ ਮੌਤਾਜ ਹੈ ਤੁਹਾਨੂੰ ਕੋਈ ਗੱਲ ਸੁਣਾ ਗਿਆ ਤੁਸੀਂ ਹੱਸ ਪੇ 10 ਮਿੰਟਾਂ ਬਾਅਦ ਫਿਰ ਉੱਥੇ ਦੇ ਉੱਥੇ ਉਹ ਫਿਰ ਉਹ ਬਾਂਸ ਵਜਾਈਏ ਫੂਕ ਵਾਲੀ ਗੱਲ ਹੈ ਜਦੋਂ ਤੱਕ ਉਹ ਤੁਹਾਡੇ ਲਾਗੇ ਹਾਸੇ ਦੀ ਗੱਲ ਕਰਦਾ ਤੁਸੀਂ ਹੱਸ ਰਹੇ ਜੇ ਉਹ ਮਾੜਾ ਜਾ ਪਰਾਂ ਗਿਆ ਤੁਸੀਂ ਉਦਾਸ ਤੁਸੀਂ ਵੇਖਿਆ ਕਈਆਂ ਬੰਦੇ ਦੇ ਚਿਹਰੇ ਤੁਹਾਨੂੰ ਹੱਸਦੇ ਨਜ਼ਰ ਆਉਣਗੇ ਹੱਸਦੇ ਚਾ ਪਿਛੇ ਦੀ ਇੱਕ ਰਿਕਸ਼ੇ ਵਾਲੇ ਵੀਰ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਹ ਪੁਤਲਾ ਫੁਕਣਾ ਸੀ ਕਿਸੇ ਕਿਸੇ ਉਹਨਾਂ ਨੇ ਰਾਜਨੀਤਿਕ ਪਾਰਟੀ ਦਾ ਤੇ ਉਹ ਉਹਨਾਂ ਨੂੰ ਪ੍ਰਾਲੀ ਨਹੀਂ ਸੀ ਲੱਭ ਰਹੀ ਤੋ ਉਸ ਰਿਕਸ਼ੇ ਵਾਲੇ ਵੀਰ ਦੇ ਨਾ ਹਾਸਾ ਇੰਨਾ ਵਾਇਰਲ ਹੋਇਆ ਨਾ ਉਹ ਹਾਸਾ ਅੰਦਰੋਂ ਹਾਸਾ ਸੀ ਉਹ ਉਹ ਹੱਸ ਕੇ ਦੱਸ ਰਿਹਾ ਸੀ ਸੇਰ ਦੇ ਫਰਾਲੀ ਲਵ ਰਹੀ ਜੀ ਆ ਵੇਖ ਲੋ ਐਸ ਪਾਰਟੀ ਨੂੰ ਪਰਾਲੀ ਨਹੀਂ ਲਵ ਰਹੀ ਤੋ ਉਹ ਹਾਸਾ ਅੰਦਰੋਂ ਸੀ ਉਹਦੇ ਉਹ ਹੱਸਾ ਲੋਕ ਲਵ ਦੇ ਫਿਰ ਦੇ ਮਸ ਦੱਸ ਰਿਆ ਸੀ ਮੈਂ ਰਿਕਸ਼ੇ ਵਾਲਾ ਆ ਵੇਖ ਲੋ ਆ ਰਾਜਨੀਤਿਕ ਧੜੇ ਦੇ ਬੰਦੇ ਇਹਨਾਂ ਨੇ ਉਹ ਪੁਤਲਾ ਫੁਕਣਾ ਕਿਸੇ ਵਿਰੋਧੀ ਧਿਰ ਦੇ ਕੋਈ ਨੇਤਾ ਦਾ ਤੇ ਇਹਨਾਂ ਨੂੰ ਪਰਾਲੀ ਨਹੀਂ ਜੀ ਲੱਭ ਰਹੀ ਤੋ ਅੰਦਰੋਂ ਹੱਸ ਰਿਆ ਸੀ ਅੰਦਰੋਂ ਕਈ ਵੀ ਨਾ ਹੱਥ ਤੇ ਰੱਖ ਕੇ ਰੋਟੀ ਖਾਣ ਵਾਲੇ ਕੋਲ ਹਾਸਾ ਵਧੀਆ ਹੁੰਦਾ ਤੇ ਬਹੁਤ ਮਹਿੰਗੀਆਂ ਪਲੇਟਾਂ 'ਚ ਰੱਖ ਕੇ ਖਾਣਾ ਖਾਣ ਵਾਲੇ ਕੋਲ ਹਾਸਾ ਹੁੰਦਾ ਹੀ ਨਹੀਂ ਕਿਉਂਕਿ ਹਾਸਾ ਪਦਾਰਥਾਂ ਦਾ ਮੌਤਾਜ ਨਹੀਂ ਜਿਹੜਾ ਅਸਲੀ ਹਾਸਾ ਹੈ ਨਾਨਕ ਭਗਤਾਂ ਸਾਹਿਬ ਇੱਥੇ ਲਿਖਿਆ ਨਿਤ ਹਰ ਲੇਵ ਸਦਾ ਵਿਗਾਸ ਜਿਹੜਾ ਗਿਆਨਵਾਨ ਮਨੁੱਖ ਹੈ ਜਿਹਨੂੰ ਆਪੇ ਦੀ ਸੂਝ ਹੈ ਉਹ ਤਾਂ ਸਦਾ ਵਿਗਾਸ 'ਚ ਰਹਿੰਦਾ ਹੈ ਉਹ ਕਿਸੇ ਚੀਜ਼ ਦੇ ਆਉਣ ਨਾਲ ਵੀ ਵਿਗਾਸ 'ਚ ਹੈ ਕਿਸੇ ਚੀਜ਼ ਦੇ ਜਾਣ ਨਾਲ ਵੀ ਵਗਾਸ ਦਿੱਤੇ ਕਦੋਂ ਕੋਈ ਗੱਲ ਨਹੀਂ ਹੋ ਜਾਣੀ ਫਿਰ ਕਮਾਲ ਦੀ ਗੱਲ ਵੇਖੋ ਕਿ ਤੇ ਹਰ ਗਿਆਨੀਆਂ ਕੀ ਰੱਖਦਾ ਸਾਂਝ ਏਡੀ ਕਮਾਲ ਦੀ ਪੈ ਗਈ ਵੀ ਹਰੀ ਫਿਰ ਗਿਆਨੀਆਂ ਦੀ ਰੱਖਦਾ ਵਾ ਜਿਹਨੂੰ ਆਪੇ ਦੀ ਪਹਿਚਾਨ ਆ ਨਾ ਉਹਨਾਂ ਦੀ ਫਿਰ ਰੱਖਦਾ ਕਿਦਾਂ ਵਾ ਮੇਰੇ ਠਾਕੁਰ ਰੱਖ ਲਿਓ ਕਿਰਪਾਤਾਰੀ ਕੋਟ ਮੱਧੇ ਕੋਈ ਵਿਰਲਾ ਸਿਵਕ ਹੋਰ ਸਕਲੇ ਵਿਵਹਾਰੀ ਮੇਰੇ ਠਾਕੁਰ ਰੱਖ ਲਿਓ ਕਿਰਪਾਤਾਰੀ ਕਾਤੋਂ ਰੱਖਦਾ ਰੱਖ ਲਿਓ ਕਿਰਪਾਤਾਰੀ ਪਾਵ ਮੈਨੂੰ ਬੁਰੇ ਕੰਮ ਤੋਂ ਰੱਖ ਲੋ ਮੈਨੂੰ ਬੁਰਾਈ ਤੋਂ ਰੱਖ ਲੋ ਮੈਨੂੰ ਗਲਤ ਕੰਮ ਤੋਂ ਰੱਖ ਲੋ ਕਿਰਪਾਤਾਰੀ ਜੇ ਮੇਰੇ ਤੇ ਸੱਚੀ ਕਿਰਪਾ ਕਰਨੀ ਹੈ ਮੇਰਾ ਕਦਮ ਗਲਤ ਬਣੇ ਤੁਰੇ ਹੀ ਨਾ ਮੈਂ ਗਲਤ ਬਣੇ ਪੈਰ ਪੁੱਟਾਂ ਹੀ ਨਾ ਮੇਰੇ ਠਾਕੁਰ ਰੱਖ ਲੇ ਉਹ ਕਿਰਪਾਤਾਰੀ ਇੱਥੇ ਲਿਖਿਆ ਹਰ ਗਿਆਨੀਆਂ ਕੀ ਰਖਦਾ ਇਸੇ ਤੇ ਤੁਸੀਂ ਵੇਖਣਾ ਪਿੱਛੇ ਜੇ ਇੱਕ ਮਤਲਬ ਸਾਡੇ ਖੇਵਰੀ ਨਾ ਸਾਡੇ ਬੱਦੇ ਇਦਾਂ ਤੋਂ ਇੱਕ ਮੈਂ ਰਾਗੀ ਦਾ ਸੁਣ ਰਿਆ ਸੀ ਉਹ ਅੱਧਾ ਘਰਾ ਕੀ ਅੱਧਾ ਕ ਬਾਬਾ ਉਹ ਉਹ ਕਥਾ ਸੁਣਾ ਰਿਆ ਸੀ ਤੇ ਕਹਿੰਦਾ ਸੀ ਵੇਖੋ ਜੀ ਔਖੀ ਘੜੀਆਂ ਦੇਖਣ ਦੇ ਜਾਂ ਆਪਣਾ ਬਿਰਦ ਸੰਭਾਲੇ ਹਾਸ ਦੇ ਰੱਖੇ ਆਪਣੇ ਕੋ ਸਾਹ ਸਾਹ ਪ੍ਰਤਮ ਬਾਲੇ ਇਦਾਂ ਸ਼ਬਦ ਸੁਣਾ ਰਿਆ ਸੀ ਵੀ ਇਹ ਸ਼ਬਦ ਪੜੋ ਔਖੀ ਤੋਂ ਔਖੀ ਘੜੀ ਤੁਸੀਂ ਸੌਖਿਆਂ ਲੰਘ ਜਾਓਗੇ ਵੀ ਔਖੀ ਘੜੀ ਤੁਹਾਡੇ ਤੇ ਆਉਣੀ ਨਹੀਂ ਤੋ ਸੁਣਾ ਰਿਆ ਸੀ ਕਹਦਾ ਜੀ ਇੱਕ ਮੇਰਾ ਮਿੱਤਰ ਸੀ ਉਹ ਇਦਾਂ ਸ਼ਬਦ ਪੜਦਾ ਜਾ ਰਿਹਾ ਸੀ ਤੇ ਅੱਗੇ ਰਸਤੇ 'ਚ ਉਹਦੇ ਕਿਤੇ ਪੇਪਰ ਘਰ ਰਹਿ ਗਏ ਗੱਡੀ ਦੇ ਗੱਡੀਆਂ ਨੇ ਵਾਸ਼ ਕਰਾਈ ਉਦਾ ਲਾਇਸੈਂਸ ਨਹੀਂ ਸੀ ਉਹਦੇ ਕੋਲ ਅੱਗੇ ਚੈਕਿੰਗ ਹੋ ਰਹੀ ਸੀ ਪੁਲਿਸ ਵਾਲੇ ਚੈੱਕ ਕਰ ਰਹੇ ਸੀ ਉਹ ਦਰੋਂ ਡਰ ਗਿਆ ਵੀ ਹਾਏ ਮੇਰੇ ਕੋਲ ਤੇ ਗੱਡੀ ਦਾ ਪੇਪਰ ਹੀ ਨਹੀਂ ਕੋਨੇ ਫਿਰ ਸ਼ਬਦ ਪੜਨਾ ਸ਼ੁਰੂ ਕਰ ਤਾ ਨੂੰ ਗੁਰ ਚੇਤਾ ਆ ਗਿਆ ਵੀ ਔਖੀ ਕਿੱਢੀ ਨਾ ਦੇਖਣ ਤੇ ਆਪਨਾ ਪਰਦਸ ਉਹ ਮੰਨ ਲੇ ਹੱਥ ਦੇ ਰੱਖੇ ਆਪਣੇ ਕੋ ਬੱਚ ਨੂੰ ਉਹਦੀ ਵਾਰੀ ਆਈ ਤੇ ਪੁਲਿਸ ਵਾਲੇ ਚਾਹ ਪੀਣ ਲੱਗ ਪਏ ਉਹਨੂੰ ਉਦਾਂ ਹੀ ਕੜਤਾ ਸ਼ਬਦ ਦੀ ਸ਼ਕਤੀ ਵੇਖੋ ਸਾ ਸਗੇ ਜੀ ਹੁਣ ਜਿਹੜੇ ਇਹ ਗੱਲਾਂ ਸੁਣਾ ਰਹੇ ਹਸਤੀ ਜਾਂ ਤੇ ਉਹ ਤੁਹਾਨੂੰ ਕੀ ਸਿੱਖਿਆ ਦੇ ਰਿਹਾ ਵੀ ਤੁਹਾਡੇ ਕੋਲ ਜੇ ਪੇਪਰ ਨਹੀਂ ਹੈਗੇ ਸ਼ਬਦ ਪੜੋ ਤੇ ਪੁਲਿਸ ਵਾਲਿਆਂ ਨੂੰ ਚਾਹ ਦੀ ਲੋੜ ਪੈ ਸਕਦੀ ਹੈ ਖਾਣੇ ਦੀ ਲੋੜ ਪੈ ਸਕਦੀ ਹੈ ਜਾਨੀ ਕਿ ਕੱਲ ਨੂੰ ਇਹ ਵੀ ਰਾਹ ਪੈ ਸਕਦਾ ਕਿ ਤੁਹਾਨੂੰ ਪੇਪਰ ਵੀ ਗੱਡੀਆਂ ਦੇ ਨਵੇਂ ਬਣਾਉਣ ਦੀ ਜ਼ਰੂਰਤ ਨਹੀਂ ਲਾਇਸੈਂਸ ਦੀ ਜ਼ਰੂਰਤ ਨਹੀਂ ਦੱਸਿਓ ਇਹ ਬਾਣੀ ਸਿੱਧੇ ਰਸਤੇ ਪਾਉਣ ਲਈ ਕਿ ਬਾਣੀ ਪੁੱਠੇ ਰਸਤੇ ਪਾਉਣ ਲਈ ਹੁਣ ਪਰ ਪੁੱਛੂ ਕੌਣ ਜਿਹੜੇ ਅੰਨੇ ਬੋਲੇ ਅੱਗੇ ਬੈਠੇ ਆ ਜਿਨ੍ਹਾਂ ਨੂੰ ਕੋਈ ਸ਼ਬਦ ਬਾਣੀ ਦੀ ਸੂਝ-ਬੂਝ ਨਾ ਪੁੱਛੋ ਕਿਦਾਂ ਕਿਉਂਕਿ ਬਹੁ ਗਿਣਤੀ ਦੇ ਲੋਕ ਇਦਾਂ ਚਾਹੁੰਦੇ ਆ ਬਹੁ ਗਿਣਤੀ ਸਮਾਜ ਸਾਡਾ ਇਦਾਂ ਚਾਹੁੰਦਾ ਵੀ ਇਦਾਂ ਦਾ ਕੋਈ ਸ਼ਬਦ ਲੱਭੇ ਇਦਾਂ ਦਾ ਕੋਈ ਸ਼ਬਦ ਹੋਵੇ ਮੈਂ ਗੇੜਾਂ ਨਲਕਾ ਤੇ ਵਿੱਚੋਂ ਪਟ્રોલ ਨਿਕਲੇ ਮhenga bada ਸ਼ਬਦ ਤੇ ਇਦਾਂ ਦਾ ਕੋ ਨਿਕਲੇ ਵੀ ਬਸ dane mukdina ਉਹ ਪਰਿਓ ਕਰਤ ਕਰਨੀ ਪੈਣੀ ਹੈ ਕਮਾਈ ਕਰਨੀ ਪੈਣੀ ਹੈ ਮਿਹਨਤ ਮਿਹਨਤ ਗੁਰਬਾਣੀ ਤੁਹਾਨੂੰ ਮਿਹਨਤ ਕਾਸ਼ ਬਣਾਉਂਦੀ ਹੈ ਇਥੇ ਰਖਦਾ ਦਾ ਅਰਥ ਕੀ ਹੈ ਮੈਨੂੰ ਬੁਰੇ ਕੰਮ ਵਾਲੇ ਬੰਨੇ ਜਾਣ ਦਿੰਦਾ ਹੀ ਨਹੀਂ ਔਖੀ ਘੜੀ ਨਾ ਦੇਖਣ ਦੇਈ ਦੇਈ ਹੈ ਉਹ ਦਿੰਦਾ ਹੀ ਨਹੀਂ ਦੇਈ ਹੁਕਮੀ ਕਰਿਆ ਵੀ ਮੈਨੂੰ ਵੇਖਣ ਨਾ ਦੇਈ ਨਹੀਂ ਨਹੀਂ ਇਥੇ ਹੈ ਔਖੀ ਘੜੀ ਨਾ ਦੇਖਣ ਦੇਈ ਉੱਖੀ ਘੜੀ ਵੇਖਣ ਹੀ ਨਹੀਂ ਦਿੰਦਾ ਆਪਣਾ ਬਿਰਦ ਸੰਭਾਲੇ ਉਹ ਆਪਣੇ ਬਿਰਦ ਦੀ ਸੰਭਾਲ ਕਰਦਾ ਹੈ। ਕੌਣ ਹਰ ਹਰ ਗਿਆਨੀਆਂ ਕੀ ਰੱਖਦਾ? ਉੱਖੀ ਘੜੀ ਕਿਹੜੀ ਹੈ? ਜਦੋਂ ਤੂੰ ਕਾਂ ਵਾਸ਼ਨਾ ਦੇ ਵਸ ਪਹਿਨਾ ਉੱਖੀ ਘੜੀ ਹੈ। ਜਦੋਂ ਤੂੰ ਲਾਲਚ ਦੇ ਵਸ ਪਹਿਨਾ ਉੱਖੀ ਘੜੀ ਹੈ। ਹੋ ਗਈ ਨਾ ਉੱਖੀ ਘੜੀ? ਜਦੋਂ ਤੂੰ ਲਾਲਚ ਵਸ ਪਿਆਰਿ ਸ਼ਿਵਤ ਲੈਂਦਾ ਫੜਿਆ ਗਿਆ ਉੱਖੀ ਘੜੀ ਹੋਈ ਕਿ ਨਾ ਹੋਈ? ਚਾਹ ਬਣਾਉਂਦੇ ਹਾਂ ਤੇ ਚਾਹ ਪੀ ਜਾਣੀ ਉੱਖੀ ਘੜੀ ਥੋੜਾ ਪਾਣੀ ਉਬਾਲਦੇ ਉੱਪਰ ਸਰੀਰ ਤੇ ਪਾਣੀ ਪੈ ਇਹ ਔਖੀ ਘੜੀ ਥੋੜਾ ਜੇ ਇਹ ਔਖੀ ਘੜੀ ਹੈ ਤੇ ਗੁਰੂ ਅਰਜਨ ਸਾਹਿਬ ਨੇ ਤਤੀ ਤਵੀ ਤੇ ਬਿਠਾਇਆ ਗਿਆ ਦੇਗ ਚ ਬਾਲਾ ਦਿੱਤਾ ਗਿਆ ਉਹੀ ਕਹਿ ਰਹੇ ਔਖੀ ਘੜੀ ਨਾ ਦੇਖਣ ਦੇ ਉਹ ਖੋਦੀ ਤੇ ਕਹਿ ਰਹੇ ਔਖੀ ਘੜੀ ਨਾ ਦੇਖਣ ਦੇ ਪੁੱਤਰ ਦੀ লাশ ਵੇਖਣਾ ਜੀ ਔਖੀ ਘੜੀ ਹੈ ਤੇ ਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਸਾਡੇ ਤੋਂ ਕੁਰਬਾਨ ਕੀਤੇ ਨੇ ਉਹ ਪਲਿਓ ਔਖੀ ਘੜੀ ਦਾ ਅਰਥ ਹੈ ਜਦੋਂ ਤੂੰ ਵਕਾਰਾਂ ਵਾਸ ਪੈਣਾ ਹੈ ਉਹ ਘੜੀ ਔਖੀ ਹੈ ਉਹ ਪਾਲ ਔਖਾ ਹੈ ਜਦੋਂ ਤੂੰ ਸੱਚ ਨਾਲ ਜੁੜਦਾ ਹੈ ਮਾਲਕ ਤੈਨੂੰ ਉਹ ਔਖੀ ਕਿਹੜੀ ਵੇਖਣ ਹੀ ਨਹੀਂ ਦਿੰਦਾ ਇਦਾਂ ਸ਼ਬਦਾਂ ਦੀ ਡੈਫੀਨੇਸ਼ਨ ਕਲੀਅਰ ਕਰਨੀ ਪੈਣੀ ਗੁਰਬਾਣੀ ਮੈਨੂੰ ਇਹ ਸਿਖਾਉਂਦੀ ਹੈ ਕਰੋ ਤੁਰ ਲਿਆ ਲਾਇਸੈਂਸ ਪੇਪਰ ਪੂਰੇ ਲੈ ਕੇ ਤੁਰ ਐ ਅਫਸਰ ਦੇਖਾਂ ਜੱਖਾਂ ਪਾ ਗੱਲ ਕਰ ਬਾਣੀ ਇਹ ਨਹੀਂ ਸਿਖਾਉਂਦੀ ਕਿ ਤੂੰ ਪੇਪਰ ਬਣਾਣਾ ਸ਼ਬਦ ਪੜ੍ਹ ਤੇ ਪੁਲਿਸ ਵਾਲੇ ਨੂੰ ਪਿਆਸ ਲੱਗ ਜਾਏ ਉਹ ਨਾਕੇ ਤੋਂ ਉੱਠ ਕੇ ਪਰ ਤੁਰੇ ਜੇ ਮੰਨ ਲਓ ਸਾਰਾ ਸਮਾਜ ਹੀ ਇਦਾਂ ਕਰਨ ਲੱਗ ਪਿਆ ਇਹਦੇ ਲੋਕ ਕ੍ਰਾਈਮ ਕਰਦੇ ਆ ਨਸ਼ੇ ਕਰਦੇ ਨਸ਼ੇ ਲੈ ਕੇ ਆ ਰਹੇ ਉਹ ਤਾਂ ਕਣ ਗਿਆ ਤੇ ਕੰਮ ਹੀ ਵੜਾ ਵਧੀਆ ਭਈ ਜਨਾਂ ਨੇ ਗੁਰੂਆਂ ਸੇ ਸਰੂਪ ਆਪਣੇ ਦੋ ਨੰਬਰ ਦੇ ਕਮਾਂ ਦੀ ਵਰਤ ਲੈ ਭਲਾ ਉਹ ਭਲੀ ਗੁਜ਼ਾਰ ਨਗੇ ਤਾਂ ਤਾਂ ਖੈਰ ਇੱਥੇ ਗੱਲ ਹੋ ਰਹੀ ਹੈ ਹਰ ਗਿਆਨੀਆਂ ਕੀ ਰੱਖਦਾ ਹਰੀ ਗਿਆਨਮਾਨ ਬੰਦੇ ਨੂੰ ਆਪੇ ਦੀ ਸੂਝ ਹੈ ਉਹਨਾਂ ਦੀ ਰੱਖਦਾ ਉਹਨਾਂ ਨੂੰ ਬੁਰਿਆਂ ਕਮਾਂ ਤੋਂ ਬਚਾਉਂਦਾ ਹੈ ਹਾਂ ਸਤਿ ਬਲਿਹਾਰੀ ਤਾਸ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਕਿੰਨਾਂ ਤੋਂ ਜਿਹਨਾਂ ਨੂੰ ਆਪੇ ਦੀ ਸੂਝ ਹੈ ਮੈਨੂੰ ਤਾਂ ਕੁਰਬਾਨ ਜਾਨਣਾ ਗੁਰਮੁਖ ਜੋ ਹਰ ਸੇਵ ਦੇ ਗੁਰੂ ਦੇ ਰਾਹੀ ਗੁਰਮੁਖਦਾਰ ਤਾਂ ਗੁਰੂ ਦੇ ਰਾਹੀ ਜੋ ਹਰਿ ਨੂੰ ਸੇਵਦੇ ਆ ਜਿਹੜੇ ਸੱਚ ਦਾ ਸਾਝ ਪਾਉਂਦੇ ਆ ਜਨ ਨਾਨਕ ਤਾਕਾ ਦਾਸ ਨਾਨਕ ਜੀ ਦਾ ਦਾਸ ਬਣ ਕੇ ਸੇਵਕ ਬਣ ਕੇ ਉਹਨਾਂ ਕੋਲੋਂ ਇਹ ਚੰਗੀ ਸਿੱਖਿਆ ਲੈਂਦਾ ਰਵੇ ਭਾਵ ਮੈਂ ਵੀ ਉਹਨਾਂ ਰਸਤਿਆਂ 'ਤੇ ਤੁਰ ਕੇ ਉਹਨਾਂ ਵਰਗਾ ਬਣ ਸਕਾਂ ਤੇ ਮੈਨੂੰ ਆਪੇ ਦੀ ਪਛਾਣ ਹੋ ਸਕੇ ਹੁਣ ਇਹ ਸ਼ਬਦ ਵਿੱਚ ਕੀ ਦੱਸਿਆ ਅੰਨਾ ਤੇ ਬੋਲਾ ਕੌਣ ਹੈ ਬਾਣੀ ਮੁਤਾਬਕ ਅੰਨਾ ਤੇ ਬੋੜਾ ਕੌਣ ਹੈ ਕੌਣ ਹੈ ਅੰਨਾ ਤੇ ਬੋੜਾ ਬਾਣੀ ਬਾਣੀ ਦੇ ਵਿੱਚ ਦੱਸਿਆ ਕਿ ਮਨਮੁਖ ਬੋਲੇ ਅੰਦोले ਤਿਸਮੇ ਅਗਨੀ ਦਾ ਆਵਾਸ ਗੁਰਬਾਣੀ ਮੁਤਾਬਕ ਅੰਨਾ ਤੇ ਬੋੜਾ ਕੌਣ ਹੈ ਇਹ ਐਸ ਲੋਕ ਦਾ ਮੇਨ ਕੇਂਦਰੀ ਭਾ ਜਦੋਂ ਅਸੀਂ ਬਾਣੀ ਮੁਤਾਬਕ ਵੇਖਾਂਗੇ ਕੌਣ ਹੈ ਅੰਨਾ ਤੇ ਕੌਣ ਹੈ ਬੋੜਾ ਬਾਣੀ ਕਿਹਨੂੰ ਤੇ ਗੁਰਬਾਣੀ ਕਿਹਨੂੰ ਅੰਨਾ ਬੋੜਾ ਮੰਨਦੀ ਹੈ ਇਹ ਵੇਖਣ ਦੀ ਲੋੜ ਹੈ ਤੇ ਬਾਣੀ ਕਿਹਨੂੰ ਸੁਜਾਖਾ ਮੰਨਦੀ ਹੈ ਪਾਣੀ ਮੁਤਾਬਕ ਗਿਆਨੀ ਕੌਣ ਹੈ ਬਾਣੀ ਦੇ ਮੁਤਾਬਕ ਅਗਿਆਨੀ ਕੌਣ ਹੈ ਇਹ ਸਾਰੀਆਂ ਡੈਫੀਨੇਸ਼ਨਾਂ ਬਾਣੀ ਚੁਕਲੀਰ ਕਰਨੀਆਂ ਪੈਣਗੀਆਂ ਹਰੀ ਕਿਦਾਂ ਰੱਖਦਾ ਹੈ ਸਾਡੀ ਕਿਦਾਂ ਰੱਖਿਆ ਕਰਦਾ ਹੈ ਇਹ ਸਾਰੀਆਂ ਗੱਲਾਂ ਸਮਝਣਾ ਕਿਹੜੀ ਚੀਜ਼ ਤੋਂ ਰੱਖਿਆ ਰੱਖਦਾ ਹੈ ਕਿਹੜੀ ਚੀਜ਼ ਤੋਂ ਬਚਾਉਂਦਾ ਸਾਨੂੰ ਇਹ ਸਾਰੇ ਸ਼ਲੋਕਾਂ 'ਚ ਅਸੀਂ ਵਿਚਾਰ ਦੇ ਜਾਵਾਂਗੇ ਕਿ ਬੁਰਿਆਂ ਕਮਾਂ ਤੋਂ ਬਚਾਉਂਦਾ ਹੈ ਤੋਂ ਸਾਸ ਸੰਗਤ 21 ਨੰਬਰ ਸ਼ਲੋਕ ਸ਼ਲੋਕਵਾਰਾਂ ਤੇ ਵਿਦੀਕ ਬਾਣੀ ਦਾ 1400 15 ਨੰਬਰ ਅੰਕ ਤੇ ਅਸੀਂ ਗੁਰੂ ਰਣਜੀਤ ਸਿੰਘ ਜੀ ਵਿੱਚੋਂ ਵਿਚਾਰਿਆ ਆ ਅਦਮ ਸਤਕਾਰ ਨਾਲ ਫਤਿਹ ਬਲਾਉ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ